ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਬਾਈ ਜੀ ਟੀਵੀ ਅਤੇ ਮੈਂ ਕਮਲਦੀਪ ਸਿੰਘ। ਮੇਰੇ ਨਾਲ ਅੱਜ ਦੀਪ ਸਿੱਧੂ ਵੀਰਾ ਭਾਅ ਜੀ, ਬਹੁਤ ਬਹੁਤ ਸਵਾਗਤ ਹੈ ਪਹਿਲਾਂ ਤਾਂ ਬਾਈ ਜੀ ਟੀਵੀ ਦੇ। ਧੰਨਵਾਦ ਬਾਈ। ਭਾਅ ਜੀ, ਜਿਹੜੀ ਅੱਜ ਪ੍ਰੈਸ ਕਾਨਫਰੰਸ ਦੇ ਵਿੱਚ ਤੁਸੀਂ ਗੱਲ ਰੱਖੀ, ਪਹਿਲਾਂ ਤਾਂ ਕਾਫੀ ਐਪਰੀਸ਼ੀਏਟ ਹਾਂ ਮੈਂ ਉਸ ਚੀਜ਼ ਲਈ ਤੁਹਾਡੀ ਕਰਦਾ, ਬਟ ਮੈਂ ਤੁਹਾਨੂੰ ਇਹ ਪੁੱਛਣਾ ਚਾਹੁੰਦਾ ਵੀ ਇਹ ਚੀਜ਼ ਕਰਦੇ ਕਿਉਂਕਿ ਜਿਹੜਾ ਤੁਸੀਂ ਅਨਾਊਂਸਮੈਂਟ ਕੀਤੀ ਆ ਵੀ ਆਪਾਂ ਅਸਲ ਮੁੱਦੇ ਤੋਂ ਭਟਕ ਨਾ ਜਾਈਏ ਜਾਂ ਕਿਤੇ ਆਪਣਾ ਅਸਲੀ ਜਿਹੜਾ ਮੋਟਿਵ ਆਪਾਂ ਰੱਖ ਕੇ ਚੱਲੇ ਹਾਂ ਉਹ ਡਿਲੇ ਨਹੀਂ ਹੋ ਜਾਊਗਾ ਕਿਉਂਕਿ ਸਾਰਿਆਂ ਨੂੰ ਇਕੱਠਾ ਕਰਨਾ ਇਸ ਲੌਂਗ ਪ੍ਰੋਸੈਸ। ਨਹੀਂ ਨਹੀਂ ਜੀ, ਦੇਖੋ ਲੌਂਗ ਪ੍ਰੋਸੈਸ ਨਹੀਂ ਆ, ਔਰ ਜਿਹੜੀ ਅਸੀਂ ਗੱਲ ਕਰ ਰਹੇ ਹਾਂ ਨਾ, ਜਦੋਂ ਤੱਕ ਅਸੀਂ ਇਹ ਨਹੀਂ ਸਮਝਾਂਗੇ ਵੀ ਇਹ ਪੋਲੀਟੀਕਲ ਲੜਾਈ ਬਣ ਚੁੱਕੀ ਹੈ ਹੁਣ, ਔਰ ਸਿਆਸੀ ਲੜਾਈ ਆ, ਸਿਆਸੀ ਲੜਾਈ ਕੋਈ ਸਿਆਸਤ ਦਾਨ ਜਾਂ ਸਿਆਸੀ ਧਿਰ ਲੜ ਸਕਦੀ ਹੁੰਦੀ ਆ, ਔਰ ਕਿਸਾਨਾਂ ਕੋਲ ਕੋਈ ਸਿਆਸੀ ਧਿਰ ਨਹੀਂ ਆ। ਕਿਸਾਨ ਆਪ ਬੈਠੇ ਆ, ਔਰ ਕਿਸਾਨਾਂ ਨੂੰ ਵੀ ਅੱਜ ਮੈਂ ਅਸਲ ਜੇ ਤੁਹਾਨੂੰ ਗੱਲ ਦੱਸਾਂ, ਉਹਨਾਂ ਮੋਰਚਿਆਂ 'ਚੋਂ ਕਿਸਾਨ ਆਗੂਆਂ ਨੂੰ ਹੁਣ ਇਹ ਗੱਲ ਨਹੀਂ ਸਮਝ ਆ ਰਹੀ ਵੀ ਕਿਹੜੀ ਸਿਆਸੀ ਧਿਰ ਨੂੰ ਨਾਲ ਖੜਾ ਕੇ ਇਹ ਸਿਆਸੀ ਲੜਾਈ ਕੇਂਦਰ ਨਾਲ ਲੜੀ ਜਾਵੇ, ਔਰ ਕੇਂਦਰ ਸਰਕਾਰ ਟਸ ਤੋਂ ਮਸ ਨਹੀਂ ਹੋ ਰਹੀ। ਸੋ ਰਣਨੀਤੀ ਇਹ ਆ ਵੀ ਇਸੇ ਸੰਘਰਸ਼ 'ਚ ਉਹ ਸਿਆਸਤਦਾਨ ਜਿਹੜੇ ਪੰਜਾਬ ਦੀ ਗੱਲ ਕਰਦੇ ਆ, ਪੰਜਾਬ ਦੇ ਹੱਕਾਂ ਦੀ ਗੱਲ ਕਰਦੇ ਆ, ਉਹਨਾਂ ਨੂੰ ਨਾਲ ਲੈ ਕੇ ਕਿਸਾਨਾਂ ਦੇ ਸੰਘਰਸ਼ 'ਚ ਜੋੜ ਦਿੱਤਾ ਜਾਵੇ ਅਤੇ ਉਹ ਸਿਆਸੀ ਧਿਰ ਬਣ ਕੇ ਇਸ ਸੰਘਰਸ਼ ਨੂੰ ਅੱਗੇ ਵਧਾਉਣ। ਭਾਅ ਜੀ, ਪਰ ਜਿਹੜੀ ਆਪਾਂ ਕਹੀ ਵੀ ਅੱਗੇ ਗੱਲ ਕਰ ਸਕਦੇ ਹਾਂ ਸੈਂਟਰ ਤੱਕ, ਉਹ ਤਾਂ ਜਿਹੜੀ ਅੱਜ ਸਾਡੇ ਸਟੇਟ ਦੇ ਵਿੱਚ ਜਿਹੜੀ ਪਾਵਰ ਆ, ਮਤਲਬ ਕਾਂਗਰਸ ਆ, ਉਹੀ ਕਰ ਸਕਦੇ ਆ ਜੇ ਆਪਾਂ ਨਵੀਂ ਪਾਰਟੀ ਖੜੀ ਕਰ ਦੇਣੀ ਤਾਂ ਗੱਲ ਨਹੀਂ ਸੁਣੂਗੀ। ਬਾਈ ਜੀ, ਗੱਲ ਆਏ ਆ, ਗੱਲ ਇਕੱਲੀ ਤੁਸੀਂ ਇਹ ਨਾ, ਉਹਨਾਂ ਨੇ ਤਾਂ ਜਿਹੜੇ ਸੰਸਦ 'ਚ ਬੈਠੇ ਆ ਉਹਨਾਂ ਦੀ ਗੱਲ ਨਹੀਂ ਸੁਣੀ ਅਤੇ ਫਿਰ ਕਾਂਗਰਸ ਦੀ ਗੱਲ, ਕਾਂਗਰਸ ਉੱਥੇ ਵੀ ਤਾਂ ਬੈਠੀ ਸੀ ਨਾ। ਸੋ ਆਪੋਜੀਸ਼ਨ ਤਾਂ ਕੰਪਲੀਟਲੀ ਫੇਲ ਹੋ ਚੁੱਕੀ ਆ। ਸੋ ਗੱਲ ਮੈਂ ਇਹ ਨਹੀਂ ਕਹਿ ਰਿਹਾ, ਉਹਨਾਂ ਨੂੰ ਗੱਲ ਡਰ ਕੀ ਹੋਊਗਾ, ਡਰ ਇਹ ਹੋਊਗਾ ਵੀ ਜੇ ਇਸ ਧਿਰ ਨੇ ਖੜੀ ਹੋ ਕੇ ਅੱਜ ਕਿਸਾਨਾਂ ਦੇ ਨਾਲ, ਲੋਕਾਂ ਦੇ ਨਾਲ ਇਹ ਸੰਘਰਸ਼ 'ਚ ਗੱਲ ਕੀਤੀ ਤਾਂ 2000 ਆਉਣ ਵਾਲੀਆਂ 22 'ਚ ਇਹ ਧਿਰ ਬਹੁਤ ਵੱਡੀ ਸਟਰੋਂਗ ਹੋ ਜਾਣੀ ਆ। ਕਿਤੇ ਨਾ ਕਿਤੇ ਪ੍ਰੈਸ਼ਰ ਬਿਲਡ ਕਰਨਾ ਨਾ ਤੁਸੀਂ ਸਰਕਾਰ ਨੂੰ ਟੇਬਲ 'ਤੇ ਲੈ ਕੇ ਆਉਣਾ। ਜੇ ਸਰਕਾਰ ਨੂੰ ਇਹ ਸਮਝ ਆ ਗਈ, ਔਰ ਸਮਝ ਆਊਗੀ ਇਹ ਗੱਲ ਵੀ ਇਹ ਜੇ ਸਿਆਸੀ ਧਿਰ ਆ ਜਿਹੜੀ ਅੱਜ ਕਿਸਾਨਾਂ ਦੇ ਨਾਲ ਖੜ ਗਈ ਇੱਕ ਨਵੀਂ ਸਿਆਸੀ ਧਿਰ ਹੋ ਕੇ, ਇਹਨਾਂ ਨੇ ਲੋਕਾਂ ਦੇ ਵਿੱਚ ਐਡੀ ਵੱਡੀ ਆਪਦੀ ਸਾਖ ਰੱਖ ਇਹਦੀ ਹੋ ਜੂਗੀ, ਜਾਂ ਆਪਦੀ ਵੱਡੀ ਐਡੀ ਲੋਕਾਂ ਦੇ ਅੰਦਰ, ਤੁਸੀਂ ਉਹਨਾਂ ਦੇ ਦਿਲਾਂ ਦੇ ਅੰਦਰ ਇਹ ਲੋਕ ਇਹਨਾਂ ਨੂੰ ਬਿਠਾ ਲੈਣਗੇ ਅਤੇ ਮੁੜ ਕੇ 2022 'ਚ ਪੰਜਾਬ ਦੀ ਸਿਆਸਤ ਹੀ ਬਦਲ ਸਕਦੀ ਹੈ। ਤਾਂ ਸਰਕਾਰ ਇਹ ਗੱਲ ਹੋਣ ਤੋਂ ਵੀ ਡਰੂਗੀ, ਇਸ ਕਰਕੇ ਗੱਲ ਕਰੂਗੀ। ਭਾਅ ਜੀ, ਪਹਿਲਾਂ ਮੈਂ ਮਾਫ਼ੀ ਮੰਗ ਰਿਹਾ ਇਹ ਕੁਐਸਚਨ ਦੇ ਲਈ ਜਿਹੜਾ ਮੈਂ ਤੁਹਾਡੇ ਕੋਲੋਂ ਪੁੱਛਣ ਲੱਗਾ। ਤੁਸੀਂ ਵੀ ਰਾਜਨੀਤੀ ਉੱਪਰ ਫਿਲਮਾਂ ਕੀਤੀਆਂ, ਜੋਰਾ ਤੁਹਾਡੀ ਰਾਜਨੀਤੀ ਨੂੰ ਦਿਖਾਉਂਦੀਆਂ ਸੀਗੀਆਂ। ਇਹ ਜਿਹੜੀ ਤੁਸੀਂ ਅੱਜ ਅਨਾਊਂਸਮੈਂਟ ਕੀਤੀ ਹੈ, ਮੈਂ ਇਹਨੂੰ ਚੈੱਕਮੇਟ ਦਾ ਨਾਂ ਦਿੰਦਾ ਕਿਉਂਕਿ ਲਾਸਟ ਮੂਵ ਆ ਆਪਣੇ ਕੋਲ, ਬਹੁਤ ਸਟਰੋਂਗ ਤੁਸੀਂ ਪੁਆਇੰਟ ਰੱਖਿਆ ਚੀਜ਼ ਨਾਲ। ਕਿਤੇ ਨਾ ਕਿਤੇ ਜਿੰਨੀ ਕੁ ਰਾਜਨੀਤੀ ਮੈਂ ਦੇਖੀ ਵੀ ਆਪਣੀ ਰਾਜਨੀਤੀ ਵਿੱਚ, ਕਿਤੇ ਨਾ ਕਿਤੇ ਪੱਖਪਾਤ ਜਾਂ ਕੁਛ ਨਾ ਕੁਛ ਮੈਂ ਵਿੱਚ ਆ ਜਾਂਦੀ ਸੀਗੀ। ਜੇ ਕਿਤੇ ਨਾ ਕਿਤੇ ਆਪਾਂ ਇਹਦੇ ਵਿੱਚ ਫੇਲ ਹੋ ਗਏ, ਆਪਾਂ ਨੂੰ ਇਹ ਵੀ ਸੋਚਣਾ ਪੈਣਾ ਤਾਂ ਆਪਣੇ ਕੋਲ ਮੈਨੂੰ ਲੱਗਦਾ ਕੋਈ ਰਾਸਤਾ ਹੋਰ ਬਚੂਗਾ ਨਹੀਂ। ਨਹੀਂ, ਕਿਉਂ ਨਹੀਂ ਬਚੂਗਾ, ਸਾਡੇ ਕੋਲ ਰਾਸਤੇ ਇਸੇ ਕਰਕੇ, ਦੇਖੋ ਇਹ ਚੀਜ਼ਾਂ ਸੋਚ ਕੇ ਹੀ ਇੱਥੇ ਆਏ ਹਾਂ, ਹੈ ਨਾ। ਇਹ ਇੱਕ ਧਿਰ ਨਹੀਂ ਖੜੀ ਕਰ ਰਹੇ ਆਪੇ, ਇਕੱਲੀ ਸਿਆਸੀ ਧਿਰ ਨਹੀਂ ਖੜੀ ਕਰ ਰਹੇ, ਨਾਲ ਇੱਕ ਬਹੁਤ ਵੱਡੀ ਇੰਟਲੈਕਚੁਅਲ ਧਿਰ ਬੁੱਧੀਜੀਵੀਆਂ ਦੀ ਸਮਾਜਿਕ ਤੌਰ 'ਤੇ ਸਮਾਜਿਕ ਇਨਕਲਾਬ ਲਿਆਉਣ ਵਾਸਤੇ ਕੰਮ ਕਰੂਗੀ ਅਤੇ ਇਹਨਾਂ ਸਿਆਸੀ ਬੰਦਿਆਂ 'ਤੇ ਪਹਿਰਾ ਵੀ ਦੇਊਗੀ, ਉਹ ਵੀ ਖੜੀ ਕਰ ਰਹੇ ਹਾਂ। ਜਦੋਂ ਇਹ ਬੰਦੇ ਫੇਲ ਹੁੰਦੇ ਆ, ਮੰਨ ਲਓ ਕੱਲ੍ਹ ਫੇਲ ਹੋ ਗਏ, ਤਾਂ ਜਿਹੜੀ ਦੂਜੀ ਧਿਰ ਆ, ਲੋਕ ਕਹਿਣਗੇ ਹੁਣ ਤੁਸੀਂ ਆਓ, ਹੁਣ ਤੁਸੀਂ ਸਾਡੀ ਰਾਖੀ ਕਰੋ। ਸੋ ਕਦੇ ਵੀ ਦਰਵਾਜ਼ੇ ਸਾਰੇ ਨਹੀਂ ਬੰਦ ਹੁੰਦੇ ਹੁੰਦੇ, ਉਲਟਾ ਦਰਵਾਜ਼ਾ ਬਹੁਤ ਵੱਡਾ ਖੁੱਲ ਜੂਗਾ ਜਿੱਥੋਂ ਪੰਜਾਬ ਨੂੰ ਇਹ ਸਮਝ ਆ ਜੂ ਵੀ ਹੁਣ ਸਾਡੇ ਕੋਲ ਇਹ ਕੰਮ ਕਰਨਾ ਹੀ ਪੈਣਾ, ਹੋਰ ਕੋਈ ਚਾਰਾ ਨਹੀਂ ਆ। ਭਾਅ ਜੀ, ਲਾਸਟ ਕੁਐਸਚਨ ਮੈਂ ਇਹੀ ਪੁੱਛਣਾ ਚਾਹੁੰਦਾ ਵੀ ਜਿਹੜੀ ਤੁਸੀਂ ਕਿਹਾ ਵੀ ਇੱਕ ਖੇਤਰੀ ਪਾਰਟੀ ਆਪਾਂ ਖੜੀ ਕਰਨੀ, ਉਹਦੇ ਤਾਂ ਤੁਸੀਂ ਨਾਂ ਦੱਸ ਦਿੱਤੇ ਸਾਨੂੰ, ਜਿਹੜੇ ਤੁਸੀਂ ਬੁੱਧੀਜੀਵ ਕਹਿ ਰਹੇ ਹੋ, ਮੈਂ ਉਹ ਜਾਣਨਾ ਚਾਹੁੰਦਾ ਤੁਹਾਡੀ ਨਿਗਾਹ 'ਚ ਬੁੱਧੀਜੀਵ ਕਿਹੜੇ ਹੋ ਸਕਦੇ ਜਿਹੜੇ ਉਹਨਾਂ ਉੱਤੇ ਵੀ ਅੱਖ ਰੱਖ ਸਕਦੇ ਆ। ਦੇਖੋ ਬਹੁਤ ਆ ਸਾਡੇ ਕੋਲ ਐਗਜ਼ਾਮਪਲ, ਬਹੁਤ ਆ। ਜਿਵੇਂ ਆਪਾਂ ਕਹਿ ਲਈਏ ਸਰਦਾਰ ਜਸਪਾਲ ਸਿੰਘ ਸਿੱਧੂ ਇੱਥੇ ਆਏ ਸੀ, ਉਹ ਵੀ ਆ, ਹੈ ਨਾ। ਸਰਦਾਰ ਅਜੇਪਾਲ ਸਿੰਘ ਬਰਾੜ ਆ, ਫਿਰ ਹਾਕਮ ਬਾਈ ਆ, ਹੈ ਨਾ, ਇਹ ਅਤੇ ਹਰਪ੍ਰੀਤ ਆਪਣਾ, ਅਤੇ ਹੋਰ ਆਪਾਂ ਕਹਿ ਲਈਏ ਜਿਹੜੇ ਬੰਦੇ ਮੇਨ ਸਟ੍ਰੀਮ ਪੋਲੀਟਿਕਸ। ਸੋਰੀ ਰੁਕਦਾ, ਮੈਂ ਤੁਹਾਡੀ ਗੱਲ ਕੱਟ ਰਿਹਾ ਵੀ ਫਿਰ ਉਹ ਬੰਦੇ ਜਿਹਨਾਂ ਨੂੰ ਆਪਾਂ ਪਹਿਲਾਂ ਇਹ ਗੱਲ ਆ, ਇਹ ਮਤਲਬ ਕੌੜਾ ਸੱਚ ਆ, ਜਿਹਦੇ ਹੱਥੇ ਪਾਵਰ ਆ ਜਾਂਦੀ ਆ, ਫਿਰ ਉਹਨਾਂ ਬੰਦੇ ਦੀ ਸੁਣਦਾ ਨਹੀਂ ਹੈਗਾ। ਮੈਂ ਉਹੀ ਕਹਿੰਦਾ ਵੀ ਫਿਰ ਇਹ ਬੁੱਧੀਜੀਵ ਦੀ ਗੱਲ ਸੁਣਨਗੇ। ਨਹੀਂ ਨਹੀਂ, ਗੱਲ ਆਏ ਆ, ਜਦੋਂ ਤੁਸੀਂ ਪੰਜਾਬ ਦੇ ਲੋਕਾਂ ਦੇ ਅੱਗੇ 10 ਬੰਦੇ ਜਾਂ 10 ਫੇਸ ਖੜ੍ਹੇ ਕਰ ਦੋਗੇ, ਉਹ ਕਹਿਣਗੇ ਵੀ ਅਸੀਂ ਮੇਨ ਸਟ੍ਰੀਮ ਪੋਲੀਟਿਕਸ 'ਚ ਨਹੀਂ ਆਉਣਾ, ਹੈ ਨਾ। ਜਿਹੜੇ ਹੋ ਸਕਦਾ ਜਰਨਲਿਜ਼ਮ ਦਾ ਪਾਰਟ ਹੋਣ, ਹੋ ਸਕਦਾ ਇੰਟਲੈਕਚੁਅਲਸ ਉਹ ਕਿਸੇ ਹੋਰ ਖਿੱਤੇ 'ਚ ਹੋਣ, ਉਹ ਕਹਿਣਗੇ ਵੀ ਅਸੀਂ ਮੇਨ ਸਟ੍ਰੀਮ ਪੋਲੀਟਿਕਸ 'ਚ ਨਹੀਂ ਆਉਣਾ, ਪਰ ਅਸੀਂ ਪੰਜਾਬ ਲਈ ਲੜਾਂਗੇ, ਸੰਘਰਸ਼ ਦੀ ਪੋਲੀਟਿਕਸ ਲੜਾਂਗੇ। ਤਾਂ ਲੋਕਾਂ ਨੇ ਕਿੱਡਾ ਜ਼ਿਆਦਾ ਵਿਸ਼ਵਾਸ ਕਰਨਾ, ਅਗਲੇ ਕਹਿੰਦੇ ਇਹਨਾਂ ਨੇ ਤਾਂ ਲੈਣਾ ਹੀ ਕੁਛ ਨਹੀਂ, ਇਹ ਉਹਦੇ ਕਰਕੇ ਥੋੜ੍ਹੀ ਆਏ ਆ। ਹੁਣ ਇਹ ਜਿਹੜੀ ਪਾਵਰ ਆ, ਇਹ ਉਹ ਪੋਲੀਟੀਕਲ ਜਾਂ ਸਿਆਸੀ ਬੰਦਿਆਂ ਨੂੰ ਵੀ ਪਤਾ ਹੋਊਗੀ ਵੀ ਇਹ ਬਹੁਤ ਵੱਡੀ ਪਾਵਰ ਬਣ ਗਈ ਆ ਤਕੜੇ ਬੰਦੇ,
ਜੇ ਦਸਾਂ ਨੇ ਕੱਲ੍ਹ ਨੂੰ ਸਾਡੇ ਖਿਲਾਫ਼ ਲਿਖਿਆ ਲੋਕਾਂ ਨੇ ਸਾਨੂੰ ਡਿਸਕ੍ਰੈਡਿਟ ਕਰ ਦੇਣਾ ਸੋ ਤਾਣਾ ਬਾਣਾ ਸਮਝੋ ਹੈ ਨਾ ਇਹ ਗੱਲ ਹੀ ਸਾਡੇ ਕਲੀਅਰ ਹੋ ਜੂਗੀ ਵੀ ਇੱਥੇ ਸਾਡੀ ਪੰਚਾਇਤ ਆ ਇੱਥੇ ਸਾਡੇ ਸਿਆਸੀ ਲੋਕ ਆ ਜਿਹਨੇ ਮੇਨ ਸਟ੍ਰੀਮ ਪੋਲੀਟਿਕਸ ਕਰਨੀ ਆ ਉਹ ਮੇਨ ਸਟ੍ਰੀਮ ਪੋਲੀਟਿਕਸ 'ਚ ਆ ਜੇ ਜਿਹਨੇ ਇੱਧਰ ਖੜ੍ਹਨਾ ਉਹ ਇੱਧਰ ਖੜ੍ਹ ਜੇ ਅਸੀਂ ਤਾਂ ਕੋਈ ਵਿੱਚ ਟ੍ਰਾਂਸਪੇਰੈਂਸੀ ਪੂਰੀ ਆ ਗਈ ਕੁਛ ਵਿੱਚ ਆਪਾਂ ਹਨੇਰਾ ਹੀ ਨਹੀਂ ਰੱਖ ਰਹੇ ਸੋ ਕੱਲ੍ਹ ਨੂੰ ਜੇ ਮੰਨ ਲਓ ਸਿਆਸੀ ਬੰਦਾ ਇੱਕ ਥਿਰਕਿਆ ਇਹਨਾਂ ਨੇ ਦਸਾਂ ਨੇ ਜਦੋਂ ਲਿਖਤਾ ਨਾ ਪੰਜਾਬ ਦੇ ਸਾਰੇ ਲੋਕਾਂ ਨੇ ਉਹੀ ਮਨ ਬਣਾ ਲੈਣਾ ਵੀ ਇਹ ਬੰਦਾ ਨਿੱਜ ਲਈ ਲੜ ਰਿਹਾ ਪੰਜਾਬ ਲਈ ਨਹੀਂ ਲੜ ਰਿਹਾ ਮਜਬੂਰੀ ਬਣ ਗਈ ਨਾ ਸੋ ਇਹੀ ਆਪਣੀ ਸਾਰੀ ਜਿਹੜੀ ਅੱਜ ਪ੍ਰੈਸ ਕਾਨਫਰੰਸ ਦਾ ਇੱਕ ਪਰਪਜ਼ ਸੀ ਮੰਤਵ ਸੀ ਮੈਂ ਕਹਿੰਦਾ ਵੀ ਮੇਰੀ ਉਮਰ ਦੇ ਵਿੱਚ ਮੈਨੂੰ ਲੱਗਾ ਵੀ ਸਭ ਤੋਂ ਬੈਸਟ ਤਰੀਕਾ ਇਹ ਮੈਂ ਇਹੀ ਰੱਬ ਅੱਗੇ ਅਰਦਾਸ ਵੀ ਕਰਦਾ ਕਿ ਸਾਡਾ ਇਹ ਤਰੀਕਾ ਕਾਮਯਾਬ ਹੋ ਜਾਵੇ ਜਿਹੜੇ ਸਟੈਪ 'ਤੇ ਤੁਸੀਂ ਤੁਰੇ ਹਾਂ ਅਤੇ ਮੈਨੂੰ ਲੱਗਦਾ ਵੀ ਪੰਜਾਬ ਵਾਪਸ ਸੋਨੇ ਦੀ ਚਿੜੀ ਜ਼ਰੂਰ ਬਣ ਜੂਗਾ ਜੇ ਆਪਾਂ ਇਸ ਵਿੱਚ ਕਾਮਯਾਬ ਹੋ ਗਏ ਜੇ ਕਾਮਯਾਬ ਹੁੰਦੇ ਹਾਂ ਜੀ ਦੇਖੋ ਹਰ ਗੱਲ ਪਰਮਾਤਮਾ ਦੀ ਰਜ਼ਾ 'ਚ ਹੀ ਹੋਣੀ ਹੈ ਹੈ ਨਾ ਉਹ ਤੋਂ ਬਾਹਰ ਤਾਂ ਹੋ ਨਹੀਂ ਸਕਦੀ ਜੇ ਸੱਚੇ ਪਾਤਸ਼ਾਹ ਨੇ ਚਾਹਿਆ ਤਾਂ ਆਪਾਂ ਬਿਲਕੁਲ ਕਾਮਯਾਬ ਹੋਵਾਂਗੇ ਆਪਣੀਆਂ ਨੀਤਾਂ ਸੱਚੀਆਂ ਹੋਈਆਂ ਤਾਂ ਆਪਾਂ ਕਾਮਯਾਬ ਹੋਵਾਂਗੇ ਬਹੁਤ ਬਹੁਤ ਸ਼ੁਕਰੀਆ ਬਹੁਤ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ